ਪਾਰਟੀਆਂ ਤੁਹਾਡੇ ਦੇ ਬਹੁਤ ਵੱਡਾ ਵਿਸ਼ਵਾਸ ਜਤਾਇਆ ਹੈ ਤੁਹਾਡਾ ਨਾਮ ਨਮਸਕਾਰ ਸਭ ਮੈਂ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦਾ ਮੈਂ ਬੜਾ ਮਸ਼ਕੂਰ ਤੇ ਮਮਨੂਨ ਹੈ ਇਹਨਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਔਰ ਮੈਂ ਆ ਤੁਹਾਡੇ ਕਾਲੇ ਕੈਮਰੇ ਦੀ ਅੱਖਾਂ ਦੇ ਜ਼ਰੀਏ ਆਪਣੀ ਲੀਡਰਸ਼ਿਪ ਨੂੰ ਔਰ ਗਿੱਦੜਬਾਦੀ ਜਨਤਾ ਨੂੰ ਇਹ ਪਰੋਸਾ ਯਕੀਨ ਵਿਸ਼ਵਾਸ ਇਤਬਾਰ ਤਸੱਲੀ ਅਦਵਾਨੀ ਚਾਹਾਂਗਾ ਕਿ ਜਿੰਨਾ ਆਸਾਂ ਤੇ ਉਮੀਦਾਂ ਨਾਲ ਉਹਨਾਂ ਨੇ ਮੈਨੂੰ ਇੱਥੋਂ ਟਿਕਟ ਨਾਲ ਨਵਾਜ਼ਿਆ ਜਾਂ ਜਿੰਨਾ ਆਸਾਂ ਨਾਲ ਗਿੱਦੜਬਾ ਦੇ ਲੋਕ ਜਿਹੜੇ ਆ ਉਹ ਮੇਰੇ ਕੈਂਡੀਡੇਚਰ ਨੂੰ ਉਡੀਕ ਰਹੇ ਨੇ ਮੈਂ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਕਿ ਮੈਂ ਇਹਨਾਂ ਦੀ ਆਸਾਂ ਤੇ ਪੂਰਾ ਉਤਰਾਂ ਮੈਂ ਪਰਮਾਤਮਾ ਦੀ ਮਦਦ ਦਾ ਤੇ ਗਿੱਦੜਵਾ ਦੇ ਲੋਕਾਂ ਦੀ ਮਦਦ ਦਾ ਤਲਬਗਾਰ ਹੈ ਜਿਮਨੀ ਚੋਂ ਨੂੰ ਮਨਪ੍ਰੀਤ ਬਾਦਲ ਕਿਸ ਤਰ੍ਹਾਂ ਸਮਝਦਾ ਹੈ ਕਿਉਂਕਿ ਵੱਡੇ ਦਿਗਜ਼ ਇੱਥੇ ਆਉਣਗੇ ਸੁਖਵੀਰ ਸਿੰਘ ਬਾਦਲ ਦੀ ਗੱਲ ਹੁੰਦੀ ਹੈ ਰਾਜਾ ਵਿਟਿੰਗਨ ਧਰਪਤਰੀ ਦੀ ਗੱਲ ਹੁੰਦੀ ਹੈ ਡਿੰਪੀ ਢੱਲੋਂ ਤੁਹਾਡੇ ਇੱਧਰ ਆ ਗਏਗੇ ਉਹ ਕਿਸੇ ਕਵੀ ਨੇ ਲਿਖਿਆ ਕਿ ਇਮਤਿਹਾਨ ਕੀ ਘੜੀ ਆਨ ਪੜੀ ਹੈ ਤਾਂ ਕੋਈ ਫਿਕਰ ਨਹੀਂ ਅਸੀਂ 100 ਬਾਰ ਜ਼ਮਾਨੇ ਦੇ ਭਰਮ ਨੂੰ ਤੋੜਿਆ ਹੈ ਇਹ ਪਰਮ ਕਈ ਵਾਰੀ ਤੋੜਿਆ ਹੈ ਔਰ ਕਿਦੜਵੇ ਦੇ ਲੋਕੀ ਤੋੜਦੇ ਪਾਰਟੀਆਂ ਤੁਹਾਡੇ ਦੇ ਬਹੁਤ ਵੱਡਾ ਵਿਸ਼ਵਾਸ ਜਤਾਇਆ ਤੁਹਾਡਾ ਨਾਮ ਨਮਸਕਾਰ ਸਭ ਮੈਂ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦਾ ਮੈਂ ਬੜਾ ਮਸ਼ਕੂਰ ਤੇ ਮਮਨੂਨ ਹੈ ਇਹਨਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਔਰ ਮੈਂ ਆ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਜ਼ਰੀਏ ਆਪਣੀ ਲੀਡਰਸ਼ਿਪ ਨੂੰ ਔਰ ਗਿੱਦੜਬਾਦੀ ਜਨਤਾ ਨੂੰ ਇਹ ਭਰੋਸਾ ਯਕੀਨ ਵਿਸ਼ਵਾਸ ਇਤਬਾਰ ਤਸੱਲੀ ਅਦਵਾਨੀ ਚਾਹਾਂਗਾ ਕਿ ਜਿਨ੍ਹਾਂ ਆਸਾਂ ਤੇ ਉਮੀਦਾਂ ਨਾਲ ਉਹਨਾਂ ਨੇ ਮੈਨੂੰ ਇੱਥੋਂ ਟਿਕਟ ਨਾਲ ਨਵਾਜ਼ਿਆ ਜਾਂ ਜਿਨ੍ਹਾਂ ਆਸਾਂ ਨਾਲ ਗਿੱਦੜਬਾ ਦੇ ਲੋਕ ਜਿਹੜੇ ਆ ਉਹ ਮੇਰੇ ਕੈਂਡੀਡੇਚਰ ਨੂੰ ਉਡੀਕ ਰਹੇ ਨੇ ਮੈਂ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਹਾਕੀ ਮੈਂ ਇਹਨਾਂ ਦੀ ਆਸਾਂ ਤੇ ਪੂਰਾ ਉਤਰਾ ਮੈਂ ਪਰਮਾਤਮਾ ਦੀ ਮਦਦ ਦਾ ਤੇ ਗਿੱਜੜਬਾ ਦੇ ਲੋਕਾਂ ਦੀ ਮਦਦ ਦਾ ਤਲਬਗਾਰ ਹੈ ਜਿਮਨੀ ਚੋਂ ਨੂੰ ਮਨਪ੍ਰੀਤ ਬਾਦਲ ਕਿਸ ਤਰ੍ਹਾਂ ਸਮਝਦਾ ਹੈ ਕਿਉਂਕਿ ਵੱਡੇ ਦਿਗਜ਼ ਇੱਥੇ ਆਉਣਗੇ ਸੁਖਵੀਰ ਸਿੰਘ ਬਾਦਲ ਦੀ ਗੱਲ ਹੁੰਦੀ ਹੈ ਰਾਜਾ ਵਿਟਿੰਗ ਧਰਪਤਰੀ ਦੀ ਗੱਲ ਹੁੰਦੀ ਹੈ ਡਿੰਪੀ ਟੱਲੋਂ ਤੁਹਾਡੇ ਇੱਧਰ ਆਗੇ ਹੈਗੇ ਉਹ ਕਿਸੇ ਕਵੀ ਨੇ ਲਿਖਿਆ ਕਿ ਇਮਤਿਹਾਨ ਕੀ ਘੜੀ ਆਨ ਪੜੀ ਹੈ ਤੋ ਕੋਈ ਫਿਕਰ ਨਹੀਂ ਅਸੀਂ 100 ਬਾਰ ਜ਼ਮਾਨੇ ਦੇ ਭਰਮ ਕੋ ਤੋੜਾ ਹੈ ਇਹ ਪਰਮ ਕਈ ਵਾਰੀ ਤੋੜਿਆ ਹੈ ਔਰ ਕਿਦੜਵੇ ਦੇ ਲੋਕੀ ਤੋੜਦੇ ਪਾਰਟੀਆਂ ਤੁਹਾਡੇ ਦੇ ਬਹੁਤ ਵੱਡਾ ਵਿਸ਼ਵਾਸ ਜਤਾਇਆ ਤੁਹਾਡੇ ਨਾਮ ਨਮਸਕਾਰ ਸਭ ਮੈਂ ਭਾਰਤੀ ਜਨਤਾ ਪਾਰਟੀ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਇਹਨਾਂ ਦਾ ਮੈਂ ਬੜਾ ਮਸ਼ਕੂਰ ਤੇ ਮਮਨੂਨ ਹੈ ਇਹਨਾਂ ਦਾ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਮੇਰੇ ਤੇ ਭਰੋਸਾ ਕੀਤਾ ਔਰ ਮੈਂ ਆ ਤੁਹਾਡੇ ਕਾਲੇ ਕੈਮਰੇ ਦੀਆਂ ਅੱਖਾਂ ਦੇ ਜ਼ਰੀਏ ਆਪਣੀ ਲੀਡਰਸ਼ਿਪ ਨੂੰ ਔਰ ਗਿੱਦੜਬਾਦੀ ਜਨਤਾ ਨੂੰ ਇਹ ਭਰੋਸਾ ਯਕੀਨ ਵਿਸ਼ਵਾਸ ਇਤਬਾਰ ਤਸੱਲੀ ਦਵਾਣੀ ਚਾਹਾਂਗਾ ਕਿ ਜਿੰਨਾ ਆਸਾਂ ਤੇ ਉਮੀਦਾਂ ਨਾਲ ਉਹਨਾਂ ਨੇ ਮੈਨੂੰ ਇੱਥੋਂ ਟਿਕਟ ਨਾਲ ਨਵਾਜ਼ਿਆ ਜਾਂ ਜਿੰਨਾ ਆਸਾਂ ਨਾਲ ਗਿੱਦੜਬਾ ਦੇ ਲੋਕ ਜਿਹੜੇ ਆ ਉਹ ਮੇਰੇ ਕੈਂਡੀਡੇਚਰ ਨੂੰ ਉਡੀਕ ਰਹੇ ਨੇ ਮੈਂ ਮੇਰੀ ਹਰ ਮੁਮਕਿਨ ਕੋਸ਼ਿਸ਼ ਹੋਏਗੀ ਕਿ ਮੈਂ ਇਹਨਾਂ ਦੀ ਆਸਾਂ ਤੇ ਪੂਰਾ ਉਤਰਾ ਮੈਂ ਪਰਮਾਤਮਾ ਦੀ ਮਦਦ ਦਾ ਤੇ ਗਿੱਜੜਬਾ ਦੇ ਲੋਕਾਂ ਦੀ ਮਦਦ ਦਾ ਤਲਬਗਾਰ ਹਾਂ ਜਿਮਨੀ ਚੋਂ ਨੂੰ ਮਨਪ੍ਰੀਤ ਬਾਦਲ ਕਿਸ ਤਰ੍ਹਾਂ ਸਮਝਦਾ ਹੈ ਕਿਉਂਕਿ ਵੱਡੇ ਦਿਗਜ਼ ਇੱਥੇ ਆਉਣਗੇ ਸੁਖਵੀਰ ਸਿੰਘ ਬਾਦਲ ਦੀ ਗੱਲ ਹੁੰਦੀ ਹੈ ਰਾਜਾ ਵਿਟਿੰਗ ਧਰਪਤਰੀ ਦੀ ਗੱਲ ਹੁੰਦੀ ਹੈ ਡਿੰਪੀ ਟੱਲੋਂ ਤੁਹਾਡੇ ਇੱਧਰ ਆਗੇ ਹੈਗੇ ਉਹ ਕਿਸੇ ਕਵੀ ਨੇ ਲਿਖਿਆ ਕਿ ਇਮਤਿਹਾਨ ਕੀ ਘੜੀ ਆਨ ਪੜੀ ਹੈ ਤੋ ਕੋਈ ਫਿਕਰ ਨਹੀਂ ਅਸੀਂ 100 ਬਾਰ ਜ਼ਮਾਨੇ ਦੇ ਭਰਮ ਨੂੰ ਤੋੜਿਆ ਹੈ ਇਹ ਪਰਮ ਕਈ ਵਾਰੀ ਤੋੜਿਆ ਹੈ ਔਰ ਕਿਦੜਵੇ ਦੇ ਲੋਕ ਹੀ ਤੋੜਦੇ